ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਦਿਲਚਸਪ ਰੋਚਕ ਅਤੇ ਜਾਣਕਾਰੀ ਭਰਪੂਰ ਵੀਡੀਓ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਚੈਨਲ ਜਿੰਦ ਬਡਾਲੀ ਨੋਟੀਫਿਕੇਸ਼ਨ ਵਾਸਤੇ ਬੈਲ ਵਾਲਾ ਬਟਨ ਦਬਣਾ ਨਾ ਭੁੱਲਣਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰੇਓ ਕਿਵੇਂ ਸਾਰੇ ਠੀਕ ਠਾਕ ਹੋ ਚੜ੍ਹਦੀ ਕਲਾ ਸੋ ਮਹਾਰਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰੇ ਵੀਰਾਂ ਤੇ ਭੈਣਾਂ ਨੂੰ ਸੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਸੋ ਵੀਡੀਓ ਬਹੁਤ ਹੀ ਜ਼ਿਆਦਾ ਜਾਣਕਾਰੀ ਭਰਪੂਰ ਹੈ ਦਿਲਚਸਪ ਹੈ ਤੇ ਤੁਹਾਡੀ ਜਾਣਕਾਰੀ ਚ ਵਾਅਦਾ ਕਰੂਗੀ ਸੋ ਬਣੇ ਰਹਿਣਾ ਸ਼ੁਰੂ ਤੋਂ ਲੈ ਕੇ ਹਾਂ ਤੱਕ ਵੀਡੀਓ ਤੇ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਜੇ ਵਧੀਆ ਲੱਗਦੀ ਹੁੰਦੀ ਹੈ ਕਿਉਂਕਿ ਆਪਣਾ ਇਤਿਹਾਸ ਹੈ ਯਾਰੇ ਮਾਨਵਤਾ ਇਤਿਹਾਸ ਆਪਾਂ ਚਾਹੁੰਦੇ ਕਿ ਸਾਰੀ ਦੁਨੀਆ ਨੂੰ ਪਤਾ ਲੱਗ ਸਕੇ ਸੋ ਖੈਰ ਆਪਾਂ ਨੇ ਅੱਜ ਗੱਲ ਕਰਨੀ ਛੇਰੀ ਅਕਾਲ ਤਖਤ ਸਾਹਿਬ ਦੀ ਤੇ ਛੇ ਅਕਾਲ ਤਖਤ ਸਾਹਿਬ ਨਾਲ ਜੁੜੀਆਂ ਹੋਈਆਂ ਬਹੁਤ ਹੀ ਦਿਲਚਸਪ ਗੱਲਾਂ ਆਪਾਂ ਨੇ ਤੁਹਾਨੂੰ ਦੱਸਣੀਆਂ ਅੱਜ ਸੋ ਬਹੁਤ ਹੀ ਜ਼ਿਆਦਾ ਵੀਡੀਓ ਰੋਚਕਾ ਸੋ ਅਕਾਲ ਤਖਤ ਸਾਹਿਬ ਦੀ ਨਹੀਂ ਹੈ ਜਿਹੜੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1606 ਈਸਵੀ ਦੇ ਵਿੱਚ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਕੋਲੋਂ ਰਖਵਾਈ ਸੀ ਸੋ ਬੜੀ ਹੀ ਸ਼ਰਧਾ ਦੇ ਨਾਲ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਦਾ ਕੰਮ ਆਪਣੀ ਨਿਗਰਾਨੀ ਦੇ ਵਿੱਚ ਕਰਵਾਇਆ ਅਕਾਲ ਤਖਤ ਸਾਹਿਬ ਦੀ ਇਮਾਰਤ 1609 ਈਸਵੀ ਦੇ ਵਿੱਚ ਸੰਪੂਰਨ ਹੁੰਦੀ ਹੈ ਤੇ ਇਹ ਬਿਲਕੁਲ ਹਰਮੰਦਰ ਸਾਹਿਬੀ ਦੇ ਸਾਹਮਣੇ ਬਣਵਾਈ ਗਈ ਇਹਦੀ ਸੰਪੂਰਨਤਾ ਹੋਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਨੂੰ ਇਹਦੇ ਪਹਿਲੇ ਜਥੇਦਾਰ ਨਿਯੁਕਤ ਕੀਤਾ। ਸੋ ਅਕਾਲ ਤੱਕ ਸਾਡੇ ਪਹਿਲੇ ਜਥੇਦਾਰ ਭਾਈ ਗੁਰਦਾਸ ਜੀ ਸਨ। ਸੋਖੈ ਅਕਾਲ ਤੱਕ ਸਾਹਿਬ ਦੁਨੀਆ ਤੇ ਰੋਹਾਨੀਅਤ ਦੁਨਿਆਵੀ ਅਤੇ ਰੋਹਾਨੀਅਤ ਦੋਨੋਂ ਸ਼ਕਤੀਆਂ ਦਾ ਪ੍ਰਤੀਕ ਹੈ। ਇੱਥੇ ਹੀ ਬੈਠ ਕੇ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਆਪਣੇ ਸਿੱਖਾਂ ਦੀਆਂ ਦੁੱਖ ਤਕਲੀਫਾਂ ਸੁਣਿਆ ਕਰਦੇ ਸਨ ਅਤੇ ਫੈਸਲੇ ਕਰਿਆ ਕਰਦੇ ਸਨ। ਫੈਸਲਾ ਕਰਨ ਵੇਲੇ ਉਹ ਭਾਈ ਗੁਰਦਾਸ ਜੀ ਨਾਲ ਸਲਾਹ ਵੀ ਕਰਦੇ ਸਨ ਤੇ ਅਕਾਲ ਤਖਤ ਤੇ ਬੈਠ ਕੇ ਗੁਰੂ ਸਾਹਿਬ ਸ਼ਬਦ ਗੁਰਬਾਣੀ ਤੋਂ ਇਲਾਵਾ ਢਾਡੀ 12 ਸੁਣਿਆ ਕਰਦੇ ਸਨ ਜੋ ਕਿ ਸਿੱਖਾਂ ਦੇ ਵਿੱਚ ਬੀਰਸ ਭਰਨੀਆਂ ਸਨ ਢਾਡੀ ਬਹਾਦਰ ਰਾਜੇ ਅਤੇ ਸਪਾਹੀਆਂ ਦੀਆਂ ਬਾਰਾਂ ਗਾਉਂਦੇ ਸਨ ਗੁਰੂ ਸਾਹਿਬ ਦੀ ਤਕਨੀਕ ਬਾਰੇ ਵੀ ਸਮਝਾਉਂਦੇ ਤਾਂ ਅਕਾਲ ਤਖਤ ਸਿੱਖਾਂ ਦਾ ਇੱਕ ਰਾਜਨੀਤਿਕ ਕੇਂਦਰ ਬਣ ਗਿਆ ਅਕਾਲ ਤਖਤ ਤੋਂ ਸਾਰੇ ਸਿੱਖ ਪੰਥ ਲਈ ਮਤੇ ਪਾਸ ਕੀਤੇ ਜਾਂਦੇ ਨੇ ਇਹ ਸਿੱਖਾਂ ਦਾ ਪਹਿਲਾ ਤਖਤ ਹੈ ਔਰ ਇੱਕ ਮੈਂ ਇੱਥੇ ਗੱਲ ਹੋਰ ਦੱਸਣੀ ਕਿਉਂ ਨਾ ਤੁਹਾਨੂੰ ਕਿ ਆਪਣੀ ਕੌਮ ਕੋਲੇ ਇੱਥੇ ਇਸ ਦੇਸ਼ ਦੇ ਵਿੱਚ ਆਪਣੀ ਕੌਮ ਕੋਲੇ ਤਖਤ ਹੈ ਤੇ ਆਪਣੀ ਕੌਮ ਕੋਲੇ ਆਪਣਾ ਨਿਸ਼ਾਨ ਸਾਬ ਹੈ ਠੀਕ ਹੈ ਜੀ ਇਹ ਬੜੀ ਫਖਰ ਦੀ ਗੱਲ ਹੈ ਸੋ ਇਸ ਤੋਂ ਅੱਗੇ ਚੱਲਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਹੀ ਇੱਕ ਕਮਰੇ ਦੇ ਵਿੱਚ ਰਾਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੋਖਾਸ਼ਨ ਕੀਤਾ ਜਾਂਦਾ ਇਸ ਪਵਿੱਤਰ ਸਥਾਨ ਨੇ ਵੀ ਕੱਲੀ ਵੀ ਸਮੇਂ ਦੇ ਬਹੁਤ ਉਤਰਾ ਚੜਾ ਦੇਖੇ ਅਕਾਲ ਤਖਤ ਸਾਹਿਬ ਨੇ ਆਪਰੇਸ਼ਨ ਬਲੂ ਸਟਾਰ ਦੇ ਦੌਰਾਨ ਅਕਾਲ ਤਖਤ ਸਾਹਿਬ ਬੁਰੀ ਤਰ੍ਹਾਂ ਕਹ ਲੀਏ ਵੀ ਢਾਇਆ ਗਿਆ ਇਸ ਜ਼ਾਲਮ ਸਰਕਾਰ ਵੱਲੋਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਅਕਾਲ ਤਖਤ ਸਾਹਿਬ ਤੇ ਤੇ ਇੱਥੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਜੋ ਕਿ ਕੌੜਾ ਸੱਚ ਹੈ ਜਿਸ ਕਹ ਲੀਏ ਵੀ ਰਾਜਨੀਤਿਕ ਰਾਜਨੀਤਿਕ ਪਾਰਟੀ ਨੇ ਅਕਾਲ ਤਖਤ ਸਾਹਿਬ ਢਾਇਆ ਤੇ ਉਹ ਪਾਰਟੀ ਨੂੰ ਹੀ ਅਸੀਂ ਸਿੱਖਾਂ ਨੇ ਪੰਜਾਬੀਆਂ ਨੇ ਵੋਟਾਂ ਪਾ ਕੇ ਇਸ ਵਾਰ ਕਹਿ ਲਈ ਵੀ ਫਿਰ ਪੰਜਾਬ ਦੇ ਹੁਕਮਰਾਨ ਬਣਾ ਦਿੱਤਾ ਸੋ ਇਹ ਬਹੁਤ ਜ਼ਿਆਦਾ ਦੁੱਖ ਦੀ ਗੱਲ ਹੈ ਇਹਨੂੰ ਬੁਰੀ ਤਰ੍ਹਾਂ ਕਹਿ ਲਈ ਵੀ ਢਾਹਣ ਤੋਂ ਬਾਅਦ ਭਾਰਤ ਸਰਕਾਰ ਨੇ ਬੂਟਾ ਸਿੰਘ ਨੂੰ ਇਸ ਦੀ ਇਮਾਰਤ ਦੀ ਮਰਮਤ ਕਰਨ ਲਈ ਕਿਹਾ ਗਿਆ ਤਾਂ ਬੂਟਾ ਸਿੰਘ ਨੇ ਬਾਬਾ ਸੰਤਾ ਸਿੰਘ ਜੀ ਦੀ ਮਦਦ ਨਾਲ ਇਹਦੀ ਮਰਮਤ ਕਰਵਾਈ ਪਰ ਸਿੱਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਇਸ ਦਾ ਵਿਰੋਧ ਕੀਤਾ ਤੇ ਪੰਜਾਂ ਤਖਤਾਂ ਦੇ ਸਿੰਘ ਸਹਿਬਾਨਾਂ ਨੇ ਬੂਟਾ ਸਿੰਘ ਗਿਆਨੀ ਜੈਲ ਸਿੰਘ ਤੇ ਨਿਹੰਗ ਬਾਬਾ ਸੰਤਾ ਸਿੰਘ ਨੂੰ ਤਨਖਾਈਆ ਕੋਸ਼ਤ ਕੀਤਾ ਇਹ ਤੋਂ ਬਾਅਦ ਸਿੱਖਾਂ ਨੇ ਇੱਕ ਮਤਾ ਪਾਸ ਕੀਤਾ ਕਿ ਅਕਾਲ ਤਖਤ ਸੈਬ ਦੁਬਾਰਾ ਢਾ ਕੇ ਬਣਾਇਆ ਜਾਵੇ ਇਹਦੇ ਵਿੱਚ ਦਵਤਮਈ ਟਕਸਾਲ ਨੇ ਬਹੁਤ ਵੱਡਾ ਹਿੱਸਾ ਪਾਇਆ ਨਵੀਂ ਇਮਾਰਤ ਬਹੁਤ ਹੀ ਸੁੰਦਰ ਤੇ ਜ਼ਿਆਦਾ ਖੁੱਲੀ ਬਣਾਈ ਗਈ ਇਦੀ ਪਹਿਲੀ ਮੰਜ਼ਲ ਤੇ ਪੰਜ ਸਿੰਘ ਸਹਿਬਾਨ ਮੀਟਿੰਗ ਕਰਦੇ ਨੇ ਤੇ ਸਿੱਖਾਂ ਦੇ ਆਪਸੀ ਮਸਲਿਆਂ ਦਾ ਹੱਲ ਕਰਦੇ ਨੇ ਇਹ ਮੰਨਿਆ ਜਾਂਦਾ ਕਿ ਅਕਾਲ ਤਖਤ ਦੇ ਸਾਹਮਣੇ ਹਰਿਮੰਦਰ ਸਾਹਿਬ ਦਾ ਹੋਣਾ ਇੱਕ ਖਾਸ ਮਹੱਤਵ ਰੱਖਦਾ ਹੈ ਜਿਵੇਂ ਅਕਾਲ ਤਖਤ ਰਾਜਨੀਤਿਕ ਦਾ ਪ੍ਰਤੀਕ ਹੈ ਤੇ ਹਰਿਮੰਦਰ ਸਾਹਿਬ ਧਰਮ ਨੂੰ ਦਰਸਾਉਂਦਾ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਧਰਮ ਤੇ ਰਾਜਨੀਤੀ ਨੂੰ ਇੱਕ ਜਗ੍ਹਾ ਰੱਖਣਾ ਚਾਹੁੰਦੇ ਸਨ ਐਸਾ ਕਿਹਾ ਜਾਂਦਾ ਕਿ ਗੁਰੂ ਗੁਰੂ ਸਾਹਿਬ ਸਿੱਖਾਂ ਨੂੰ ਵੀ ਕਹਿੰਦੇ ਸਨ ਕਿ ਜਦ ਤੱਕ ਉਹ ਹਰਿਮੰਦਰ ਸਾਹਿਬ ਦੇ ਅੰਦਰ ਬੈਠੇ ਹੋਣ ਤਾਂ ਇੱਕ ਸੰਤ ਹਨ ਪਰ ਜਿਵੇਂ ਹੀ ਉਹ ਅਕਾਲ ਤਖਤ ਤੇ ਆਉਣ ਉਹ ਇੱਕ ਰਾਜਨੀਤਿਕ ਅੰਗ ਨੇ ਤਾਂ ਹਰਿਮੰਦਰ ਸਾਹਿਬ ਤੇ ਅਕਾਲ ਤਖਤ ਮੁਸਲਮਾਨ ਹਮਲਾਵਾਰਾਂ ਵੱਲੋਂ ਵੀ ਕਈ ਵਾਰ ਟਾਇਆ ਗਿਆ ਪਰ ਸਿੱਖ ਮਿਸਲਾਂ ਦੇ ਸਮੇਂ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇਹਦੀ ਇਮਾਰਤ ਬੜੀ ਸੁੰਦਰ ਬਣਾ ਦਿੱਤੀ ਗਈ ਮੁਸ਼ਕਿਲ ਦੇ ਸਮੇਂ ਸਰਬੱਤ ਖਾਲਸਾ ਦੀ ਮੀਟਿੰਗ ਸਿੱਖ ਅਕਾਲ ਤਖਤ ਤੇ ਹੀ ਕਰਦੇ ਨੇ ਇਹ ਮੀਟਿੰਗ ਪਹਿਲਾਂ ਵੀ ਬਸਾ ਕੀ ਵਾਲੇ ਦਿਵਾਲੀ ਨੂੰ ਹੁੰਦੀ ਸੀ ਕਿਤੇ ਹੋਰ ਵੀ ਮੁਸ਼ਕਿਲ ਦੇ ਸਮੇਂ ਜਾਂ ਜ਼ਰੂਰਤ ਅਨੁਸਾਰ ਸਿੱਖ ਅਕਾਲ ਤਖਤ ਸਾਹਿਬ ਤੇ ਹੀ ਇਕੱਠੇ ਹੁੰਦੇ ਆ ਜਦੋਂ ਵੀ ਸਿੱਖਾਂ ਕਿਧਰੇ ਹਮਲਾ ਕਰਨਾ ਹੁੰਦਾ ਤਾਂ ਹਮਲੇ ਦੀ ਸਾਰੀ ਤਿਆਰੀ ਤੇ ਹੋਰ ਜ਼ਰੂਰੀ ਗੱਲਾਂ ਅਕਾਲ ਤਖਤ ਸਾਹਿਬ ਤੇ ਹੀ ਮਿੱਥੀਆਂ ਜਾਂਦੀਆਂ ਨੇ ਤੇ ਮਿੱਥੀਆਂ ਜਾਂਦੀਆਂ ਸੀ ਇੱਥੇ ਹੀ ਸਰਬੱਤ ਖਾਲਸਾ ਵੱਲੋਂ ਗੁਰਮਤਾ ਪਾਸ ਕੀਤਾ ਜਾਂਦਾ ਆਉਣ ਵਾਲੇ ਖਤਰੇ ਤੋਂ ਬਚਣ ਦਾ ਫੈਸਲਾ ਵੀ ਇੱਥੇ ਹੀ ਹੁੰਦਾ ਜੋ ਵੀ ਕਾਲ ਤਖਤ ਤੋਂ ਧਾਰਮਿਕ ਤੇ ਰਾਜਨੀਤਿਕ ਫੈਸਲੇ ਲਏ ਜਾਂਦੇ ਉਸ ਬਾਰੇ ਕੋਈ ਵੀ ਕੀਤੂ ਪ੍ਰੰਤੂ ਨਹੀਂ ਕੀਤਾ ਜਾਂਦਾ ਜੋ ਇਸ ਫੈਸਲੇ ਦੇ ਵਿਰੁੱਧ ਜਾਂਦੇ ਉਹਨਾਂ ਨੂੰ ਪੰਥ ਤਲਖਾਈ ਜਾਂ ਕੋਸ਼ਤ ਕਰ ਦਿੰਦਾ ਸਿੱਖੀ ਦੇ ਪ੍ਰਚਾਰ ਲਈ ਹਰ ਫੈਸਲਾ ਇੱਥੇ ਲਿਆ ਜਾਂਦਾ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਫੈਸਲਾ ਲਿਆ ਜਾਂਦਾ ਸਿੱਖ ਉਸ ਨੂੰ ਆਪਣੀਆਂ ਜਾਨਾਂ ਦੇ ਕੇ ਵੀ ਨਿਭਾਉਂਦੇ 18ਵੀਂ ਸ਼ਤਾਬਦੀ ਦੇ ਵਿੱਚ ਜਦੋਂ ਸਿੱਖਾਂ ਤੇ ਬੜੀ ਭੀੜ ਬਣੀ ਹੋਈ ਸੀ ਤੇ ਮੁਸ਼ਕਲ ਸਮੇਂ ਵਿੱਚ ਗੁਜ਼ਰ ਰਹੇ ਸਨ ਅਕਾਲ ਤਖਤ ਸਾਹਿਬ ਉਹਨਾਂ ਨੂੰ ਹਰ ਮੁਸ਼ਕਲ ਦਾ ਸਾਹਮਣਾ ਕਰਨ ਲਈ ਇੱਕ ਕਹਿ ਲਈਏ ਵੀ ਪੂਰੀ ਤਰ੍ਹਾਂ ਪੂਰੀ ਤਰ੍ਹਾਂ ਸ਼ਕਤੀ ਪ੍ਰਦਾਨ ਕਰਦਾ ਸੀ ਤੇ ਨਵਾਂ ਜੋਸ਼ ਭਰ ਦਦਾ ਸੀ ਸੋ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕਿਸੇ ਦੀ ਹਿੰਮਤ ਨਹੀਂ ਸੀ ਕਿ ਜੋ ਅਕਾਲ ਤਖਤ ਦੀ ਸ਼ਕਤੀ ਦੇ ਵਿਰੁੱਧ ਜਾ ਸਕੇ ਸਗੋ ਮਹਾਰਾਜਾ ਆਪ ਅਕਾਲ ਤਖਤ ਦੇ ਫੈਸਲੇ ਖੁਸ਼ੀ ਖੁਸ਼ੀ ਪ੍ਰਮਾਨ ਕਰਦਾ ਸੀ ਉਹ ਅਕਾਲ ਤਖਤ ਦੀ ਸ਼ਕਤੀ ਤੇ ਸਥਾਨ ਨੂੰ ਆਪਣੇ ਤੋਂ ਉੱਚਾ ਮੰਨਦਾ ਸੀ ਉਹ ਹਮੇਸ਼ਾ ਅਕਾਲ ਤਖਤ ਦੇ ਹੁਕਮ ਦੇ ਅੱਗੇ ਸਿਰ ਨਵਾ ਦਿੰਦਾ ਉਹ ਹਮੇਸ਼ਾ ਹੀ ਅਕਾਲ ਤਖਤ ਤੇ ਇਹ ਅਰਦਾਸ ਕਰਦਾ ਕਿ ਉਸ ਨੂੰ ਆਪਣਾ ਰਾਜ ਚਲਾਉਣ ਵਾਸਤੇ ਸ਼ਕਤੀ ਅਤੇ ਤਾਕਤ ਮਿਲੇ ਅੱਜ ਵੀ ਅਕਾਲ ਤਖਤ ਰਾਜਨੀਤੀ ਤੇ ਭਗਤੀ ਦਾ ਪ੍ਰਤੀਕ ਹੈ ਅਕਾਲ ਤਖਤ ਤੇ ਰੱਖੇ ਸ਼ਸਤਰ ਹੁਣ ਜਪਾ ਦੱਸਾਂਗੇ ਤੁਹਾਨੂੰ ਕਿ ਕਿਹੜੇ ਕਿਹੜੇ ਪਏ ਨੇ ਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ ਦੇ ਨੇ ਇੱਕ ਕਿਰਪਾਨ ਗੁਰੂ ਗੋਬਿੰਦ ਸਿੰਘ ਜੀ ਦੀ ਉੱਥੇ ਮੌਜੂਦ ਦੋ ਕਿਰਪਾਨਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਇੱਕ ਕਿਰਪਾਨ ਬਾਬਾ ਬੁੱਢਾ ਜੀ ਦੀ ਇੱਕ ਕਿਰਪਾਨ ਭਾਈ ਜੇਠਾ ਜੀ ਦੀ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਪਾਦੇ ਜਨਰਲ ਹਨ ਇੱਕ ਕਿਰਪਾਨ ਭਾਈ ਵਿਧੀ ਚੰਦ ਸ਼ੀਨਾ ਜੀ ਦੀ ਇੱਕ ਕਿਰਪਾਨ ਬਾਬਾ ਨੌ ਸਿੰਘ ਜੀ ਦੀ ਕਿਰਪਾਨ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ ਦੀ ਕਰਮ ਸਿੰਘ ਬਾਬਾ ਕਰਮ ਸਿੰਘ ਸ਼ਹੀਦ ਦੀ ਇੱਕ ਕਿਰਪਾਨ ਇੱਕ ਖੰਡਾ ਬਾਬਾ ਦੀਪ ਸਿੰਘ ਜੀ ਦਾ ਇੱਕ ਕਿਰਪਾਨ ਜਥੇਦਾਰ ਫੂਲਾ ਸਿੰਘ ਜੀ ਦੀ ਇੱਕ ਕਿਰਪਾਨ ਤੇਜ ਧਾਰ ਵਾਲੀ ਜਥੇਦਾਰ ਫੂਲਾ ਸਿੰਘ ਜੀ ਦੀ ਮੌਜੂਦ ਹੈ ਤੇ ਇੱਕ ਭਾਰੀ ਖੜਗ ਭਾਈ ਬਚਿੱਤਰ ਸਿੰਘ ਜੀ ਦਾ ਤੇ ਇੱਕ ਕਿਰਪਾਨ ਭਾਈ ਉਦੇਸ਼ ਸਿੰਘ ਜੀ ਦੀ ਇੱਕ ਗੁਰਜ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਕਟਾਰ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਟਾਰ ਸਹਜਾਦਾ ਅਜੀਤ ਸਿੰਘ ਜੀ ਦੀ ਇੱਕ ਸਫਾ ਜੰਗ ਸਫਾ ਜੰਗ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੇ ਇੱਕ ਕਟਾਰ ਸਹਜਾਦਾ ਜੁਝਾਰ ਸਿੰਘ ਜੀ ਦੀ ਚਾਰ ਕਟਾਰਾਂ ਅਕਾਲੀ ਫੂਲਾ ਸਿੰਘ ਜੀ ਦੀਆਂ ਇੱਕ ਛੋਟੀ ਕਿਰਪਾਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਇੱਕ ਪੇਸ਼ ਪੇਸ਼ ਕਬਜ ਬਾਬਾ ਦੀਪ ਸਿੰਘ ਜੀ ਦੀ ਇੱਕ ਛੋਟੀ ਕਿਰਪਾਨ ਬਾਬਾ ਦੀਪ ਸਿੰਘ ਜੀ ਦੀ ਇੱਕ ਪਿਸਤੌਲ ਉੱਥੇ ਬਾਬਾ ਦੀਪ ਸਿੰਘ ਦਾ ਪਿਆ ਇੱਕ ਬਾਬਾ ਗੁਰਬਖਸ਼ ਸਿੰਘ ਜੀ ਦਾ ਪਸਤੌਲ, ਦੋ ਤੀਰ ਗੁਰੂ ਗੋਬਿੰਦ ਸਿੰਘ ਜੀ ਦੇ, ਇੱਕ ਛੋਟਾ ਖੰਡਾ ਬਾਬਾ ਦੀਪ ਸਿੰਘ ਜੀ ਦਾ ਜੋ ਆਪਣੀ ਦਸਤਾਰ ਤੇ ਸਜਾਉਂਦੇ ਹੁੰਦੇ ਸਨ ਉਹ, ਤਿੰਨ ਛੋਟੇ ਖੰਡੇ ਤੇ ਇੱਕ ਕਿਰਪਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੀ, ਇੱਕ ਛੋਟਾ ਚੱਕਰ ਜੋ ਦਸਤਾਰ ਤੇ ਬਾਬਾ ਦੀਪ ਸਿੰਘ ਜੀ ਸਜਾਉਂਦੇ ਸਨ, ਇੱਕ ਵੱਡਾ ਚੱਕਰ ਜੋ ਬਾਬਾ ਦੀਪ ਸਿੰਘ ਆਪਣੀ ਗਰਦਨ 'ਤੇ ਵਾਲੇ ਪਾਉਂਦੇ ਸਨ, 10 ਵੱਡੇ ਚੱਕਰ ਜੋ ਬਾਬਾ ਦੀਪ ਸਿੰਘ ਜੀ ਆਪਣੀ ਦਸਤਾਰ ਤੇ ਸਜਾਉਂਦੇ। ਇੱਕ ਵੱਡੀ ਕਿਰਪਾਨ ਬਾਬਾ ਦੀਪ ਸਿੰਘ ਜੀ ਦੀ। ਹੁਣ ਕਰਨੇ ਆਪਾਂ ਗੱਲ ਅਕਾਲ ਤਖਤ ਸਹਿਜ ਜਥੇਦਾਰਾਂ ਦੀ। ਤੋਂ ਸਭ ਤੋਂ ਪਹਿਲਾ ਜਹੇਦਾਰ ਭਾਈ ਗੁਰਦਾਸ ਜੀ ਇਹਨਾਂ ਦਾ ਸਮਾਂ 1634 ਈਸਵੀ ਤੋਂ ਸ਼ੁਰੂ ਹੁੰਦਾ ਉਸ ਤੋਂ ਬਾਅਦ ਭਾਈ ਮਨੀ ਸਿੰਘ ਜੀ 1734 ਈਸਵੀ ਤੱਕ ਜਹੇਦਾਰ ਦਰਬਾਰਾ ਸਿੰਘ ਜੀ 1735 ਈਸਵੀ ਤੱਕ ਜਹੇਦਾਰ ਕਪੂਰ ਸਿੰਘ ਜੀ 1753 ਈਸਵੀ ਤੱਕ ਜਸਰਾ ਸਿੰਘ ਆਲੂ ਵਾਲੀਆ 1783 ਈਸਵੀ ਤੱਕ ਜਹੇਦਾਰ ਅਕਾਲੀ ਫੂਲਾ ਸਿੰਘ ਜੀ 1822 ਈਸਵੀ ਤੱਕ ਬਾਬਾ ਹਨੂਮਾਨ ਸਿੰਘ ਜੀ ਬੜੇ ਥੋੜੇ ਸਮੇਂ ਲਈ ਕਲੀ ਜਹੇਦਾਰ ਰਹੇ ਸੋ ਬਾਬਾ ਪਹਿਲਾ ਸਿੰਘ ਜੀ ਬੜੇ ਥੋੜੇ ਸਮੇ ਲਈ ਰਹੇ ਬਾਬਾ ਗਿਆਨ ਸਿੰਘ ਜੀ ਬੜੇ ਥੋੜੇ ਸਮੇ ਲਈ ਜਥੇਦਾਰ ਤੇਜਾ ਸਿੰਘ ਪੁੱਚਰ ਅਕਤੂਬਰ 1921 ਤੱਕ ਜਥੇਦਾਰ ਤੇਜਾ ਸਿੰਘ ਜੀ ਅਕਰਪੁਰੀ 1923 ਤੋਂ 1927 ਤੋਂ 1931 ਤੱਕ ਜਥੇਦਾਰ ਉਦਮ ਸਿੰਘ ਜੀ ਨਾਗੋ ਕੇ 1924 ਤੱਕ ਜਥੇਦਾਰ ਦਦਾਰ ਸਿੰਘ ਜੀ 1925 ਵੀ ਤੱਕ ਜਵਾਹਰ ਸਿੰਘ ਜਥੇਦਾਰ ਜਵਾਹਰ ਸਿੰਘ ਜੀ 1926 ਵੀ ਤੱਕ ਗਿਆਨੀ ਗੁਰਮukh ਸਿੰਘ ਮਸਾਫਰ 1934 ਵੀ ਤੱਕ ਜਲੇਦਾਰ ਮੋਹਨ ਸਿੰਘ ਜੀ ਨਾਗੋ ਕੇ 1952 ਸਵੀ ਤੱਕ ਜਲੇਦਾਰ ਅੱਛਰ ਸਿੰਘ ਜੀ 1955 ਤੱਕ ਜਲੇਦਾਰ ਸਾਰੂ ਸਿੰਘ ਪੌਰਾ 1980 ਤੱਕ ਜਲੇਦਾਰ ਗੁਰਦੇਵਾਲ ਸਿੰਘ ਅਜਨੋਹਾ 1982 ਸਵੀ ਤੱਕ ਜਲੇਦਾਰ ਪ੍ਰਤਾਪ ਸਿੰਘ ਜੀ 1984 ਸਵੀ ਤੱਕ ਜਲੇਦਾਰ ਕਿਰਪਾਲ ਸਿੰਘ 1963 65 1982 ਅਤੇ 1986 ਤੱਕ ਇੱਥੋਂ ਤੱਕ ਦਾ ਵੇਰਵਾ ਆਪਾਂ ਨੂੰ ਮਿਲਦਾ ਠੀਕ ਹੈ ਜੀ ਉਸ ਤੋਂ ਅੱਗੇ ਹੁਣ ਆਪਾਂ ਜਾਣਕਾਰੀ ਸਾਂਝੀ ਫੇਰ ਕਰਾਂਗੇ ਤੁਹਾਡੇ ਨਾਲ ਸੋ ਇਹ ਸੀ ਅਕਾਲ ਤਖਤ ਸਾਹਿਬ ਜੀ ਨਾਲ ਜੁੜੀ ਹੋਈ ਬਹੁਤ ਕਮਾਲ ਤੇ ਦਿਲਚਸਪ ਜਾਣਕਾਰੀ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ